माछीवाड़ा साहब विखे एक परिवार नूं उस समय हत्था पैरां दी पै गई जदों उन्हां दा 12 सालां दा बच्चा गुरद्वारा साहिब विखे मत्था टेकण दे लई गया अते वापस घर नहीं परतिया। परिवारक मैंबरां ने बच्चे दी काफ़ी भाल कीती पर बच्चे दा किते वी पता नहीं चल सकिया। पुलिस वल्लों मामले दी हुण जांच कीती जा रही है। माछीवाड़ा साहिब दे साहिबजादा अजीत सिंह नगर दा रहण वाला 12 साला हर्षप्रीत सिंह उस समय भेत भरे हालातों दे विच लापता हो गया जदों वो घर तों गुरद्वारा श्री चरण कमल साहिब विखे मत्था टेकण दे लई आया सी। इस संबंधी गलबात करदिआं बच्चे दी मां तीरथ कौर ने दस्सिआ कि उसका पहले विआह तों तलाक हो चुक्या है अते दूजे विआह तों हर्षप्रीत पैदा होया पर बीते 27 नवंबर तों वो लापता है जो कि घरों मत्था टेकण दे लई गया सी। ਕੀ ਨਾਂ ਜੀ ਇਹਦਾ? ਇਹਦਾ ਹਰਸ਼ਪ੍ਰੀਤ ਨਾਂ ਹੈ ਜੀ। ਹਰਪ੍ਰੀਤ ਸਿੰਘ ਜੀ? ਹਾਂਜੀ। ਅੱਛਾ, ਕਿੱਥੇ ਰਹਿੰਦੇ ਤੁਸੀਂ? ਅਸੀਂ ਜੀ ਰਹਿੰਦੇ ਜੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕਲੋਨੀ। ਹਾਂਜੀ। ਨੂਰਪੁਰ ਰੋਡ ਜੀ। ਹਾਂਜੀ। ਨੇੜੇ ਚਰਨ ਕਮਲ ਸਾਹਿਬ ਗੁਰਦੁਆਰਾ ਜੀ। ਮਾਛੀਵਾੜਾ ਸਾਹਿਬ ਜੀ? ਮਾਛੀਵਾੜਾ ਸਾਹਿਬ। ਕੀ ਹੋਇਆ, ਕਿੱਦਾਂ ਬੱਚਾ ਇਹ ਲਾਪਤਾ ਕਿੱਦਾਂ ਹੋਇਆ? ਇਹ ਲਾਪਤਾ ਜੀ ਅਸੀਂ ਗੁਰਪੁਰਾਣਾ ਗਏ ਸੀ ਜੀ ਮੱਥਾ ਟੇਕਣ ਵਾਸਤੇ। ਇਹ ਜਿਹੜਾ 27 ਤਰੀਕ ਨੂੰ? ਇਹ ਇਕੱਲਾ ਹੀ ਸੀ ਜੀ, ਇਹ ਘਰੋਂ ਇਕੱਲਾ ਹੀ ਹੈ, ਕਹਿੰਦਾ ਮੈਂ ਮੰਮੀ ਚੱਲਿਆ ਗੁਰਦੁਆਰੇ। ਹਾਂਜੀ। ਗੁਰਦੁਆਰੇ ਪਹੁੰਚਿਆ ਜੀ, ਇਹ ਗੁਰਦੁਆਰੇ ਤੋਂ ਇਲਾਵਾ ਇਹ ਕਿਸੇ ਨਾਲ ਵਿਆਹ ਕੇ ਚਲੇ ਗਿਆ ਜੀ। ਅੱਛਾ, ਉਸ ਤੋਂ ਬਾਅਦ ਇਹਦਾ ਕੋਈ ਪਤਾ ਨਹੀਂ ਲੱਗਾ ਤੁਸੀਂ ਲੱਭਿਆ? ਨਾ ਜੀ, ਅਸੀਂ ਲੱਭਿਆ, ਸਾਨੂੰ ਇੱਕ ਬੰਦੇ ਬੈਠਾ ਸੀ ਜੀ, ਅਸੀਂ ਉਹਨੂੰ ਪੁੱਛਿਆ, ਕਹਿੰਦਾ ਮੈਂ ਨਟਪੁਰ ਦਾ ਚੱਲਿਆ, ਸਾਰੀ ਗੱਡੀ ਖੜੀ, ਸਾਡੀ ਖੜੀ ਹੈ, ਸਾਨੂੰ ਨਹੀਂ ਇੰਨਾ ਪਤਾ ਜੀ ਗਾ ਵੀ ਕਿੱਥੇ ਗਿਆ ਕਿੱਥੇ ਜਾਂਦਾ ਜੀ। ਅਸੀਂ ਬਹੁਤ ਭਾਲ ਕੀਤੀ ਹੈ, ਕੈਮਰੇ ਚੈੱਕ ਕਰੇ ਨੇ ਥਾਣੇ 'ਚ, ਅਸੀਂ ਕਹਿੰਦੇ ਸਾਨੂੰ ਕਿੱਧਰ ਨਹੀਂ ਲੱਭਦਾ ਪਿਆ ਜੀ। ਥਾਣੇ ਵਾਲਾ ਨੇ ਕੀ ਕੀਤਾ, ਕਾਰਵਾਈ ਕੀਤੀ ਹੈ ਜੀ? ਹਾਂਜੀ, ਕਾਰਵਾਈ ਸਾਰੀ ਪੂਰੀ ਕਰਤੀ ਜੀ, ਕਹਿੰਦਾ ਸਾਡੇ ਨਾਲ ਲੱਗੇ ਫਿਰ ਕਾਰਵਾਈ ਕਰਦੇ ਪਏ ਜੀ। ਅੱਜ ਜੀ ਸੋਮਵਾਰ ਥਾਣਾ ਤੁਰਦੇ ਪਏ ਸਾਰੇ, ਮੰਗਲਵਾਰ ਦੇ ਸਾਡਾ ਪੂਰੀ ਕਾਰਵਾਈ ਕਰਦੇ ਪਏ ਸਾਡਾ ਜੀ। ਤੁਸੀਂ ਕੀ ਮੰਗ ਕੀ ਕਰਦੇ ਹੋਣੇ? ਅਸੀਂ ਕਹਿੰਦੇ ਤੁਹਾਨੂੰ ਲੱਗਦਾ ਸ਼ੱਕ ਆ ਕਿਸੇ ਤੁਹਾਡੀ ਕਿਸੇ ਦੁਸ਼ਮਣੀ ਆ? ਸਾਨੂੰ ਕਿਸੇ ਦੁਸ਼ਮਣੀ ਨਹੀਂ ਹੈਗੀ ਜੀ, ਸਾਨੂੰ ਕਿਸੇ ਸ਼ੱਕ ਨਹੀਂ ਹੈਗਾ ਜੀ। ਅਸੀਂ ਕਹਿੰਦੇ ਜੀ ਜਿੱਥੇ ਸਾਡਾ ਬੱਚਾ ਜੀ ਸਹੀ ਸਲਾਮਤ ਬੱਚਾ ਸਾਡਾ ਘਰ ਵਾਪਸ ਆ ਜਾਏ ਜੀ। ਪੁਲਿਸ ਨੇ ਅਗਵਾਹ ਦਾ ਮਾਮਲਾ ਦਰਜ ਕੀਤਾ ਨਾ, ਤਾਂ ਕਰਕੇ ਪੁੱਛਿਆ ਵੀ ਉਹਨੂੰ ਕੋਈ ਸ਼ੱਕ ਆ, ਉਹਨਾਂ ਨੂੰ ਕੋਈ ਸ਼ੱਕ ਲੱਗੀ ਆ? ਸਾਨੂੰ ਕਿਹਾ ਸੀ ਉਹਨਾਂ ਨੇ ਜਿਹਦੇ ਪਾਪਾ ਕੋਲ ਲੱਗਿਆ ਹੋਵੇ, ਮੈਂ ਪਾਪਾ ਕੋਲ, ਪਾਪਾ ਕਹਿੰਦਾ ਮੇਰੇ ਕੋਲ ਆਇਆ ਨਹੀਂ ਹੈਗਾ ਜੀ ਪਾਪਾ। ਅੱਛਾ, ਇਹ ਤੁਹਾਡੇ ਦੂਜੇ ਬੱਚੇ ਦੂਜੇ ਵਿਆਹ ਦਾ? ਇਹ ਘਰ ਵਾਲ ਦਾ ਜੀ, ਮੇਰੇ ਘਰ ਵਾਲ ਦਾ ਜੀ। ਅੱਛਾ, ਉਹਦਾ ਬੱਚਾ? ਉਹ ਜੀ ਇੰਦਰਾ ਕਾਲੀ ਰਹਿੰਦਾ ਜੀ। ਹਾਂਜੀ। ਉਹ ਕਹਿੰਦਾ ਮੈਂ ਪਾਪਾ ਨੂੰ ਮਿਲਣਾ ਹੈ, ਇਹ ਨਹੀਂ ਪਤਾ ਜੀ ਪਾਪਾ ਕੋਲ ਗਿਆ ਜੀ, ਇਹ ਨਹੀਂ ਪਤਾ ਜੀ ਕਿੱਥੋਂ ਗਿਆ, ਕਰੂੰ ਜੀ ਸਾਨੂੰ ਆ ਕੇ ਮੈਂ ਮੰਮੀ ਗੁਰਦੁਆਰਾ ਚੱਲਿਆ, ਮੁੜ ਕੇ 9 ਵਜੇ ਦਾ ਘਰੋਂ ਨਿਕਲਿਆ, ਮੁੜ ਕੇ ਘਰ ਨਹੀਂ ਆਇਆ ਜੀ। ਉੱਧਰ ਜਦੋਂ ਇਸ ਸੰਬੰਧੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਦੇ ਉੱਤੇ ਪੁਲਿਸ ਵੱਲੋਂ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜਲਦ ਹੀ ਉਸ ਨੂੰ ਲੱਭ ਲਿਆ ਜਾਏਗਾ। 29 ਤਰੀਕ ਨੂੰ ਨਾ ਸਾਡੇ ਕੋਲ ਇੱਕ ਲੇਡੀਜ਼ ਹੈ ਜਿਹਦਾ ਨਾਮ ਹੈ ਤੀਰਥ ਕੌਰ ਬਾਈ ਭਾਵ ਤਰਨਜੀਤ ਸਿੰਘ, ਉਹ ਸਾਡੇ ਕੋਲ ਆਈ ਸੀ, ਕਹਿੰਦੀ ਵੀ 27 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਮੇਰਾ ਬੱਚਾ ਹਰਸ਼ਪ੍ਰੀਤ ਸਿੰਘ ਜਿਹਦੀ ਉਮਰ 12 ਸਾਲ ਹੈ ਘਰੋਂ ਗਿਆ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ, ਵੀ ਵਾਪਸ ਨਹੀਂ ਆਇਆ ਤੇ ਲੱਭਦੇ ਲੱਭਦੇ ਰਹੇ ਨਹੀਂ ਲੱਭਿਆ, ਜਿਹਦੇ ਸੰਬੰਧ 'ਚ ਅਸੀਂ 365 IPC ਦਾ ਮੁਕੱਦਮਾ ਨੰਬਰ 247 ਦਰਜ ਕਰਤਾ, CCTV ਕੈਮਰੇ ਦੇਖ ਰਿਹਾ, ਲੱਭ ਰਿਹਾ, ਉਮੀਦ ਆ ਵੀ ਜਲਦੀ ਲੱਭ ਲਾਂਗੇ। ਸਰ ਕੀ ਲੱਗਦਾ ਜੀ ਕੀ ਕਾਰਨ ਹੋ ਸਕਦਾ ਜੀ ਘਰੋਂ ਜਾਣ ਦਾ? ਦੇਖੋ ਜੀ, ਹਾਲੇ ਕੋਈ ਗੱਲ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਹੈਗੀ ਸਾਡੇ, ਇਹ ਤਾਂ ਹੁਣ ਬੱਚਾ ਮਿਲੇ 'ਤੇ ਪਤਾ ਲੱਗੂਗਾ। ਤੁਹਾਨੂੰ ਦੱਸ ਦਈਏ ਕਿ ਹਰਸ਼ਪ੍ਰੀਤ 4th ਜਮਾਤ ਦੇ ਵਿੱਚ ਪੜ੍ਹਦਾ ਸੀ, ਜਿਸ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਹੁਣ ਦੇਖਣਾ ਹੋਏਗਾ ਕਿ ਪੁਲਿਸ ਕਦੋਂ ਤੱਕ ਇਸ ਲਾਪਤਾ ਬੱਚੇ ਦਾ ਪਤਾ ਲਗਾਉਣ ਦੇ ਵਿੱਚ ਕਾਮਯਾਬ ਹੋ ਪਾਉਂਦੀ ਹੈ। ਮਾਛੀਵਾੜਾ ਸਾਹਿਬ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ, ਹਮਦਰਦ TV।